ਸਰੀਨ ਅਸੀਂ ਮੌਜੂਦ ਆ 111 ਬਾਰਾਹਲ ਸਿੱਖਾਂ ਵਾਲੀ ਚੀਚਾ ਵਤਨੀ ਦੇ ਕੋਲੇ ਇਹ ਪਿੰਡ ਆ ਇਥੇ ਇੱਕ ਬਜ਼ੁਰਗ ਸਾਨੂੰ ਮਿਲੇ ਆ 1947 ਦੇ ਵਿੱਚ ਉਧਰੋਂ ਆਇਆ ਵਟਵਾਰਾ ਹੋਇਆ ਇਹਨਾਂ ਨੂੰ ਅਸੀਂ ਪੁੱਛਦੇ ਆ ਇਹਨਾਂ ਦਾ ਪਿੰਡ ਕੀ ਨਾਮ ਇਹਨਾਂ ਦਾ ਕੀ ਆ ਤਹਿਸੀਲ ਜ਼ਿਲ੍ਹਾ ਕੀ ਕੀ ਹਾਲਾਤ ਸੀ ਉੱਥੇ ਅਸਲਾਮੁਅਲੈਕਮ ਜੀ ਵਾਲੇਕਮ ਸਾਲਮ ਕੀ ਨਾਮ ਆ ਤੁਹਾਡਾ ਅਬਦੁਲਸਤਾਰ ਅੱਛਾ ਜੀ ਅਬਦ ਕਿਹੜੇ ਜ਼ਿਲ੍ਹੇ ਚੋਂ ਆਏ ਆ ਫਰੋਜਪੁਰ ਤਹਿਸੀਲ ਜ਼ਿਲ੍ਹਾ ਤਫੀਲ ਜੀਰਾ ਪਿੰਡ ਪਿੰਡ ਮੁੰਡੀ ਪਿੰਡ ਮੁੰਡੀ ਅੱਛਾ ਕਿ ਕਿੰਨੀ ਉਮਰ ਸੀ ਜੇ ਤੁਹਾਡੀ ਤੁਸੀਂ ਉੱਥੋਂ ਮਸਲ ਬਟਵਾਰਾ ਹੋਇਆ 11-12 ਸਾਲ ਦੀ ਸੀ ਪਿੰਡ 'ਚ ਕੋਈ ਸਕੂਲ ਹੈਗਾ ਸੀ ਪਿੰਡ 'ਚ ਸਕੂਲ ਸਾਡੇ ਕੋਈ ਨਹੀਂ ਮਸੀਤੀ ਸੀ ਨਾਲ ਅੱਛਾ ਉੱਥੇ ਜਾਂਦੇ ਜੀ ਪੜਨ ਗਏ ਕਰਦੇ ਉੱਥੇ ਪੜਨ ਜਾਂਦੇ ਹੁੰਦੇ ਸੀ ਅੱਛਾ ਅੱਛਾ ਉੱਥੇ ਉਹਦੇ ਮਸਲ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਮੁਸਲਮਾਨ ਸੀ ਜਾਂ ਸਿੱਖ ਸੁਖ ਵੀ ਸੀਗੇ ਸਾਡੇ ਚੱਕ ਦੇ ਵਿੱਚ ਮੁਸਲਮਾਨ ਇੱਕ ਪੱਤੀ ਸੱਤ ਪੱਟੀਆਂ ਸੀ ਪੱਟੀਆਂ ਸੀ ਮੁੰਡੀ ਪਿੰਡ ਦੀਆਂ ਅੱਛਾ ਬਹੁਤ ਵੱਡਾ ਪਿੰਡ ਸੀ ਤੇ ਮਸੀਤਾਂ ਵੱਡਾ ਪਿੰਡ ਸੀ अच्छा 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 हां जी ते उतै सिख ਵੀ ਰਹਿੰਦੇ ਸੀ सिख ਵੀ ਵੇਰਲੇ ਵੇਰਲੇ ਸੀ ਖਤਰੀ ਬਹੁਤ ਉਹ ਬੇਲੀ ਬੁੱਲੀ ਹੈਗੇ ਸੀ ਸਿੱਖ हां जी ਸਿੱਖ ਇੱਕ ਸੀ ਉਹਦਾ ਨਾਮ ਅਸੀਂ ਜਵੰਦਾ ਜਵੰਦਾ ਸਿੰਘ ਸਿੰਘ ਅੱਛਾ ਜੀ ਹੋਰ ਹਮਸਾਇਆ ਸੀ ਅੱਛਾ ਤੁਹਾਡਾ ਹਮਸਾਇਆ ਸੀ ਹਮਸਾਇਆ ਸੀ ਅੱਛਾ ਅੱਛਾ ਤੇ ਰੜ ਮਿਲ ਕੇ ਵੀ ਖਾ ਲੈਂਦੇ ਸੀ ਜੋ ਵੀ ਹੋਣਾ ਨਾ हां जी हां जी ਰੜ ਮਿਲ ਕੇ ਖਾ ਲਣਾ ਜਦੋਂ ਇਕੱਠੇ ਰਹਿੰਦੇ ਸੀ हां जी अच्छा उस तो अलावा कोई और उस तो अलावा खत्री बहुत थी खत्रियों ਦੇ ਨਾਮ ਖत्रियों ਦਾ ਇੱਕ ਮੂਲਾ ਸੀ अच्छा जी ओ ਤੇ ਜੋ ਅੰਦਾ ਖत्री ਸੀ अच्छा जी बीरू ਸੀ ਖत्री अच्छा जी ਉਹਨਾਂ ਦੀਆਂ ਦੁਕਾਨਾਂ ਸੀ Hindu Hindu ਵੀ ਹੈਗੇ ਸੀ ਉਹਨਾਂ ਦਾ ਕਿਸਦਾ ਕੋਈ ਨਾਮ ਹਿੰਦੂਆਂ ਦੇ ਨਾਮ ਤਾਂ ਬਹੁਤ ਆ ਉਦੋਂ ਦਾ ਬੜਾ ਹਾਲ ਹੁਣ ਬਦਲੇ-ਬਦਲੇ ਕੋਈ ਯਾਦ ਆ ਉਹ ਜਿਹੜੇ ਯਾਦ ਹੋ ਦੱਸ ਦਿਓ ਤੁਹਾਨੂੰ ਕੀ ਪਹਿਲੂ ਸੀ ਇੱਕ अच्छा जी ਬਹੁਤ ਮਤਲਬ ਇਹ ਪਿੰਡ ਦੇ ਵਿੱਚ ਚੰਗਾ ਬੰਦਾ ਸੀ ਅੱਛਾ ਜੀ ਖੇਡਦਾ ਖੂਟਦਾ ਵੀ ਸੀ ਹਾਂਜੀ ਤੇ ਹੋਰ ਸੀ ਇੱਕ ਮੀਰਾ ਅੱਛਾ ਅੱਛਾ ਹੈ ਉਹ ਨਾਂ ਇਹਦਾ ਇਦਾਂ ਦੇ ਸੀ ਉਹਨਾਂ ਲੋਕਾਂ ਦੇ ਅੱਛਾ 1947 ਦਾ ਐਲਾਨ ਹੋਇਆ ਹਾਂਜੀ ਵਟਵਾਰੇ ਦਾ ਹਾਂਜੀ ਤੁਹਾਨੂੰ ਕਿਦਾਂ ਪਤਾ ਲੱਗਿਆ ਵਟਵਾਰਾ ਹੋ ਗਿਆ ਕੋਮਸ ਮਸੇ ਚਲਾਨ ਹੋਇਆ ਜਾਂ ਲੋਕ ਕਰਦੇ ਸੀ ਗੱਲਾਂ ਮੰਨਦਾ ਕੋਈ ਨਹੀਂ ਸੀ ਵੀ ਵਟਵਾਰਾ ਹੋਊਗਾ ਹੋਊਗਾ ਕੋਈ ਬੰਦਾ ਨਹੀਂ ਸੀ ਮੰਨਦਾ ਜਦੋਂ ਵਕਤੀ ਤੌਰ ਤੇ ਆਣ ਕੇ ਨਾ ਜਦੋਂ ਸਾਰੇ ਨਿਕਲਣ ਲੱਗ ਪਏ ਹਾਂਜੀ ਉਸ ਵਕਤ ਕੁਝ ਨਿਕਲੇ ਕੁਝ ਬੰਦੇ ਸਾਡੇ ਰਹਿ ਗਏ ਸੀ ਉਹਨਾਂ ਕਿਹਾ ਕੁਝ ਨਹੀਂ ਹੋਣਾ ਤੇ ਨਾਲੇ ਉਹ ਸਿੱਖਾਂ ਦੇ ਬੇਲੀ ਸੀ ਅੱਛਾ 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 ਬੁੜਾ ਲਤਾ ਮੋਚੀ ਆਹ ਬਾਬਾ ਜੈਂਬਲ ਅੱਛਾ ਜੀ ਇਹ ਸਾਰੇ ਉਹਨਾਂ ਦੇ ਨਾਲ ਰਹਿੰਦੇ ਸੀ ਇਹ ਪਿੱਛੇ ਰਹਿ ਗਏ ਬਾਕੀ ਸਾਰੇ ਜਦੋਂ ਐਲਾਨ ਹੋਇਆ ਉਦੋਂ ਨਿਕਲ ਕੇ ਬਾਬੇ ਮਾਮੂ ਸ਼ਾ ਕੇ ਕਾਫਲੇ ਦੇ ਨਾਲ ਆਏ ਸੀ ਤੇ ਉਹ ਰਾਸਤੇ ਦੇ ਵਿੱਚ ਕਿਸ ਤਰ੍ਹਾਂ ਮੁਸ਼ਕਿਲਾਂਤ ਹੋਈਆਂ ਕੀ ਕੋਈ ਦੇਖਿਆ ਤੁਸੀਂ ਜਦੋਂ ਉੱਥੋਂ ਚੱਲੇ ਆ ਨਾ ਹਾਂਜੀ ਪਿੰਡੋਂ ਨਿਕਲੇ ਆ ਇਸ ਟਾਈਮ ਚੱਲੇ ਪਿੰਡੋਂ ਉੱਥੋਂ ਤਕਰੀਬਨ ਮਕਬਰ ਤੇ ਸ਼ਾਦਾਸਾਨ ਸੀ ਜਿਸ ਵਕਤ ਨੇ ਨਿਕਲੇ ਆ ਪਿੰਡੋਂ ਅੱਛਾ ਅੱਛਾ ਤੇ ਅੱਗੇ ਆ ਗਿਆ ਨਾਲ ਹੀ ਸਾਡੇ ਸੀ ਪੀਰਾਂ ਦਾ ਪਿੰਡ ਜਿਨ੍ਹਾਂ ਦਾ ਕਾਫਲਾ ਸੀ ਬਾਬੇ ਮਾਲੇ ਸ਼ਾ ਆ ਗਏ ਮਾਲੇ ਸ਼ਾ ਕਾ ਹਾਂਜੀ ਉਸ ਕਾਫਲੇ ਦਾ ਕੀ ਨਾਂ ਸੀ ਹਾਂਜੀ ਪਿੰਡ ਦਾ ਕੀ ਨਾਂ ਸੀ ਉਹਨਾਂ ਦਾ ਇਹਦਾ ਉਹਨਾਂ ਦੇ ਪਿੰਡ ਦਾ ਨਾਮ ਜੀ ਸਰਫਲੀ ਸ਼ਾਹਲਾ ਸਰਫਲੀ ਸ਼ਾਹਲਾ ਹਾਂਜੀ ਸਰਫਲੀ ਸ਼ਾਹਲਾ ਮੇਲਾ ਵੀ ਲੱਗਦਾ ਸੀ ਸਰਫਲੀ ਸ਼ਾਹ ਦਾ ਅੱਛਾ ਜੀ ਤੇ ਬੜਾ ਭਾਰਾ ਲੱਗਦਾ ਸੀ ਉਹ ਸਾਰੇ ਇਕੱਠੇ ਹੋ ਕੇ ਇੱਧਰ ਆ ਗਏ ਜਿਹੜੇ ਨੇੜੇ ਤੇੜੇ ਦੇ ਪਿੰਡ ਸੀ ਸਾਰੇ ਹੀ ਉਹਨਾਂ ਦੇ ਕਾਫਲੇ ਨਾਲ ਆਏ ਅੱਛਾ ਜੀ ਉਹਨਾਂ ਦੇ ਨਾਲ ਆਏ ਜਦੋਂ ਆਏ ਨਾ ਛੰਬ ਜੋੜੀਆਂ ਅੱਛਾ ਉਧਰ ਵੀ ਆ ਦਰਿਆ ਦੇ ਕਿਨਾਰੇ ਤੇ ਛੰਬ ਜੋੜੀਆਂ ਹਾਂਜੀ ਉੱਥੇ ਸਰਕਾਰ ਇਹਨਾਂ ਦਾ ਫੇ ਹਮਲਾ ਹੋਇਆ ਸਿੱਖਾਂ ਦਾ ਅੱਛਾ ਜੀ ਆਏ ਉਹਨਾਂ ਨੇ ਵਾ 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 ਟੋਕ ਕੀਤੀ ਮੁਰਕੇ ਪੀਰਾਂ ਨੂੰ ਕਹਿਣ ਲੱਗੇ ਵੀ ਤੁਸੀਂ ਆਪ ਦਾ ਜਿਹੜੇ ਜੀ ਆਉ ਸਾਈਡ ਤੇ ਕਰ ਲੋ ਸ਼ਾਮਾਂ ਦੇ ਸ਼ਾਮਾਂ ਦੇ ਕਾਫਲਾ ਨਹੀਂ ਅਸੀਂ ਜਾਣ ਦੇਣਾ ਤੇ ਬਾਬਿਆਂ ਨੇ ਕਿਹਾ ਵੀ ਇਹ ਸਾਰਾ ਹੀ ਸਾਡਾ ਧੀਆਂ ਪੁੱਤ ਸਾਡੇ ਆ ਹਾਂਜੀ ਹੈ ਤੁਸੀਂ ਜੋ ਕੰਨਾ ਕਰ ਲੋ ਉਹ ਕਹਿ ਕੇ ਫਿਰ ਉਹ ਬੰਦੇ ਸੀ 25 30 ਮੁੜ ਗਏ ਜਦੋਂ ਬਾਬੇ ਨਾ ਨਾ ਮੰਨੇ ਹਾਂਜੀ ਉਹ ਮੁੜ ਗਏ ਪਿੱਛਾ ਮੁੜ ਕੇ ਗਾ ਆ ਗਏ ਉੱਥੋਂ ਜਵਾਨੀਆਂ ਚ ਅੱਛਾ ਜੀ ਉੱਥੇ ਫੇ ਵਾਵਾ ਬਡਾਂਗਾ ਹੋਇਆ ਉੱਥੇ ਤਾਂ ਅਨਕੇ ਹਿਸਾਬ ਕਿਤਾਬ ਹੋਇਆ ਵੀ ਬੀੜ ਸੀ ਅੱਛਾ ਜੀ ਸਰ ਬੂਟੇ ਝੱਲ ਦੁਨੀਆ ਫੇ ਉਧਰ ਨੂੰ ਵੜ ਗਈ ਕਾਫੀ ਫੇ ਤੁਹਾਡੇ ਕਾਫਲੇ ਤੇ ਹਮਲਾ ਹੋ ਗਿਆ ਕਾਫਲੇ ਤੇ ਹਮਲਾ ਹੋ ਗਿਆ ਦੁਨੀਆ ਫੇ ਭਜ ਨਸ ਕੇ ਨਾ ਤੇ ਉਧਰ ਨੂੰ ਲਹਿ ਗਈ ਥੱਲੇ ਤੇ ਉਥੋਂ ਜਿਸ ਵਕਤ ਉਥੇ ਇਹ ਜਿਹੜਾ ਵਾਦਾ ਘਾਟਾ ਹੋਇਆ ਜਵਾਨ ਬੱਚੀਆਂ ਹਾਂਜੀ ਜੜੀਆਂ ਉਥੇ ਕਈ ਜੜੀਆਂ ਉਹਨਾਂ ਨੇ ਨਾ ਮਤਲਬ ਕਈਆਂ ਨੇ ਲੀੜੇ ਲੂੜੇ ਬਾੜ ਕੇ ਗਾਰੇ ਗੁਰੇ ਮੂੰਹ ਨੂੰ ਮਾਰ ਲੈ ਅੱਖਾਂ ਨਾ ਵੇਖਿਆ ਸਾਬਕਾ ਤੇ ਕੰਨਾਂ ਮਾਈਆਂ ਨੇ ਬੱਚੇ ਜਿਹੜੇ ਛੋਟੇ ਛੋਟੇ ਸੀ ਉਹ ਬੱਚੇ ਲਵੇਟ ਕੇ ਨਸਰਾਂ ਦੇ ਬੂਟਿਆਂ ਹੀ ਦਿੱਤੇ ਸਾਡੇ ਅੱਖਾਂ ਦੇ ਸਾਹਮਣੇ ਆ ਵੀ ਮਾਰ ਨਾ ਦੇਣੇ ਮਾਰ ਨਾ ਦੇਣ ਐੜਾੜਾ ਪਾਣੀ ਸੀ ਤੇ ਹਾਏ ਪਾਣੀ ਕਰਦੇ ਸੀ ਲੋਕ ਉੱਤੇ ਨਾ ਨਾ ਖੂਨ ਅੱਲਾ ਅੱਖਾਂ ਨਾ ਵੇਖਿਆ ਹੈ ਵਕਤ ਅੱਛਾ ਜਿਹੜੇ ਕਾਫਲੇ ਦੇ ਵਿੱਚ ਤੁਹਾਡੇ ਪਿੰਡ ਦੇ ਲੋਕ ਕਤਲ ਹੋਏ ਆ ਉਹਨਾਂ ਦੀ ਕੋਈ ਰਿਸ਼ਤੇਦਾਰ ਦਾ ਨਹੀਂ ਕਤਲ ਹੋਇਆ ਉਹਨਾਂ ਦੇ ਵਿੱਚ ਰਿਸ਼ਤੇਦਾਰ ਵੀ ਹੋਏ ਉਹ ਕਿਹੜਾ ਵੇਖਦੇ ਸੀ ਵੀ ਇਹ ਕੌਣ ਹੈ ਰਿਸ਼ਤੇਦਾਰ ਆ ਕਬੀਲਾ ਸਾਡੇ ਕਹਿ ਰਹੇ ਆ ਵੀ ਤੁਹਾਡੇ ਸਾਡੇ ਮਤਲਬ ਆ ਬਾਈ ਅਸਮੈਲ ਕਿਸੀ ਇੱਥੇ ਅੱਛਾ ਜੀ ਉਹਦਾ ਵੱਡਾ ਸੀ ਬਾਈ ਅਸਮੈਲ ਤੋਂ ਮੰਦਾ ਉਹਦੀ ਇੱਥੋਂ ਕਰਦਨ ਕੱਟੀ ਗਈ ਸੀ ਅੱਛਾ ਅੱਛਾ ਐ ਸਾਈਡ ਖ ਹੈਗੀ ਸੀ ਇੱਥੇ ਆਣ ਕੇ ਵੀ 14 15 ਸਾਲ 18 ਸਾਲ ਜੀਂਦਾ ਰਿਹਾ ਉਹ ਅੱਲਾਹ ਤਾਲਾ ਨੇ ਉਹਨੂੰ ਬਚਾ ਲਿਆ ਬਲਕਿ ਐ ਤਾਂ ਹੁਣ ਇੱਥੇ ਰਹਿੰਦੀ ਸੀ ਉਹ ਇੱਕ ਪਾਸੇ ਪੱਠੇ ਕੱਟੇ ਗਿਆ ਪੱਠੇ ਕੱਟੇ ਗਿਆ ਬਰਹਾ ਜਿੰਦਗੀ ਸੀ ਉਦੀ ਬਾਦ ਦੀ ਉਸ ਤੋਂ ਬਾਅਦ ਫਿਰ ਅੱਗੇ ਮਸਲਨ ਇੱਕੋ ਵਾਰੀ ਹਮਲਾ ਹੋਇਆ ਕਾਫਲੇ ਤੇ ਤੋਂ ਮੇਰੀ ਹਮਲਾ ਹੋਇਆ ਨਾ ਕਿ ਪਿੱਛੇ ਅੱਛਾ ਜੀ ਇੱਕ ਇੱਥੇ ਆਣ ਕੇ ਹੋਇਆ ਪਿਛਲੇ ਲੈਣਾ ਤਾਂ ਕੀਤਾ ਹੀ ਨਹੀਂ ਨਾ ਪਿਛਲੇ ਲੈਣਾ ਉਹ ਤਾਂ ਮੁੜ ਗਏ ਥੋੜੇ ਬੰਦੇ ਉਹਨਾਂ ਨੇ ਨਾ ਇਹਨਾਂ ਦੇ ਕੋਲੇ ਕਾਫਲੇ ਕੋਲੇ ਹਥਿਆਰ ਹੀ ਕੋਈ ਨਹੀਂ ਸੀ ਉਹ ਖਾਲੀ ਕਿਸੇ ਕੋਲੇ ਖਾਲੀ ਸੀ ਕੋਈ ਡੰਡਾ ਛੋਟਾ ਸੀ ਮਾੜਾ ਮੋੜਾ ਕਿਸੇ ਕੋਲੇ ਤੇ ਉੱਥੇ ਜਦੋਂ ਅੱਗੇ ਆਏ ਆ ਅੱਗੇ ਆਣ ਕੇ ਉਦੋਂ ਫਿਰ ਇਹ ਜਦੋਂ ਮਤਲਬ ਗੱਡੀਆਂ ਗੁੱਡੀਆਂ ਦਾ ਮਸਲਾ ਬਣਿਆ ਉੱਥੇ ਆਏ ਵੀ ਗੱਡੀ ਤੇ ਭੇਜਦੇ ਭੇਜਦੇ ਆ ਇਧਰੋਂ ਗੱਡੀ ਗਈ ਇੱਕ ਅੱਛਾ ਜੀ ਇੱਕ ਉੱਥੇ ਖੜੀ ਸੀ ਇਹ ਕਿਧਰੋਂ ਗਈ ਪਾਕਿਸਤਾਨੋਂ ਪਾਕਿਸਤਾਨੋਂ ਇਹ ਜਿਹੜੀ ਗਈ ਇਹਦੇ ਵਿੱਚ ਸਾਬ ਸਿੱਖ ਸੀ ਜੋ ਵੀ ਸੀ ਕਿਸੇ ਦਾ ਮੋਢਾ ਵੱਢਿਆ ਕਿਸੇ ਦਾ ਗੋਡਾ ਵੱਢਿਆ ਕਿਸੇ ਦਾ ਕੋਸ਼ ਖੂਨੋਂ ਖੂਨ ਲੋਕ ਸੀ ਉਸ ਵਕਤ ਫਿਰ ਇਹ ਜਿਹੜੇ ਡੋਗਰੇ ਸੀ ਨਾ ਹਾਂਜੀ ਇੰਡੀਆ ਦੀ ਜਿਹੜੀ ਫੌਜ ਸੀ ਉਹਨੇ ਕਾਫਲਾ ਡੱਕ ਲਿਆ ਤੁਹਾਡੇ ਵਾਲਾ ਸਾਡੇ ਵਾਲਾ ਅੱਛਾ ਜੀ ਉਹਨੇ ਕਿਹਾ ਜਦੋਂ ਇਹ ਕੁਝ ਉੱਥੇ ਮੁਸਲਮਾਨਾਂ ਨੇ ਕੀਤਾ ਤੇ ਅਸੀਂ ਇਹ ਕਾਫਲਾ ਕਿੱਦਾਂ ਜਾਣ ਦੇਣਾ ਇਧਰੋਂ ਫਿਰ ਦੋ ਤਿੰਨ ਫੌਜੀ ਸੀ ਆਪਣੇ ਗਏ ਪਾਕਿਸਤਾਨ ਦੇ ਪਾਕਿਸਤਾਨ ਦੇ ਫੌਜੀ ਸੀ ਮੁਸਲਮਾਨ ਹਾਂਜੀ ਹਾਂਜੀ ਉਹਨਾਂ ਨੇ ਫਿਰ ਚੌਰੀ ਸਾਹਬ ਇਹ ਕਾਫਲੇ ਦੀ ਸਾਰੀ ਹਫਾਇਤ ਕੀਤੀ ਪੈਰਵਾਈ ਕੀਤੀ ਕਰਕੇ ਉਹਨਾਂ ਨੇ ਫਿਰ ਉਹ ਗੱਡੀ ਉਥੋਂ ਕਢਾਈ ਫਿਰ ਉਥੇ ਨੁਕਸਾਨ ਨਹੀਂ ਆਇਆ ਅੱਛਾ ਫਿਰ ਕਿੱਥੇ ਆ ਲਾਉਣਾ ਦਾ ਨਹੀਂ ਜੀ ਕਸੂਰ ਆਏ ਕਸੂਰ ਆ ਗਏ ਅੱਛਾ ਹਾਂਜੀ ਜਦੋਂ ਕਸੂਰ ਆਏ ਉਦੋਂ ਜਦੋਂ ਆਏ ਨਾ ਉਥੋਂ ਗੱਡੀ ਨਿਕਲੀ ਹੈ ਲੋਕ ਇਹ ਗੱਲ ਕਹਿੰਦੇ ਸੀ ਵੀ ਇੱਕ ਭਾਂਡੇ 'ਚ ਅਸੀਂ 50 ਜੀ ਬੈਠ ਕੇ ਖਾ ਲਾਂਗੇ ਅੱਲਾਹ ਅੱਲਾਹ ਪੀ ਪਾਕਿਸਤਾਨ ਚੱਲ ਅੱਲਾ ਸਾਨੂੰ ਪਾਕਿਸਤਾਨ ਲੈ ਜਾਵੇ ਪਿੱਟਦੀ ਸੀ ਦੁਨੀਆ ਰੋਂਦੀ ਸੀ ਚਾ ਵੀ ਸੀ ਪਾਕਿਸਤਾਨ ਦਾ ਚਾ ਵੀ ਸੀ ਵੀ ਸਾਥ ਸੀ ਚਲੇ ਜਾਈਏ ਚਾ ਕੋਈ ਨਹੀਂ ਸੀ ਜਿਹੜਾ ਦੇਸ਼ ਆਪਦਾ ਜਾਂ ਆਪਦਾ ਘਰ ਛੱਡਣਾ ਚਾ ਨਹੀਂ ਉਹ ਤਾਂ ਬੜਾ ਔਖਾ ਸੀ ਔਖਾ ਹੁੰਦਾ ਛੱਡਿਆ ਤਾਂ ਇਸਲਾਮ ਦੀ ਖਾਤਰ ਹੀ ਆ ਹਾਂਜੀ ਤੇ ਜਦੋਂ ਛੱਡਿਆ ਆ ਗਏ ਲੋਕ ਤੇ ਇਹ ਕਹਿੰਦੇ ਸੀ ਵੀ ਅਸੀਂ ਕਿਸੇ ਕਿਸਮ ਦੀ ਕਿਸੇ ਬਰਿਆਈ ਦੇ ਨੇੜੇ ਨਹੀਂ ਜਾਂਦੇ ਇੱਕ ਭਾਂਡੇ ਚ ਅਸੀਂ 10 ਜੀ 20 ਜੀ ਜਿਹੜੇ ਵੀ ਹੋਏ ਬਹਿ ਕੇ ਖਾ ਲਵਾਂਗੇ ਜਿਹੜੀ ਭੋਰਾ ਭੋਰਾ ਮਿਲੀ ਖੈਰ ਸੁਖਣਾ ਅਸੀਂ ਪਾਕਿਸਤਾਨ ਚ ਰਹਿ ਜੀਏ ਤੇ ਅਸੀਂ ਆਪ ਦੀ ਦਰਗਦਰ ਕਰ ਲਾਂਗੇ ਥੋੜੀ ਦੇਰ ਤੋਂ ਬਾਅਦ ਫੇਰਾ سلسلہ ਸ਼ੁਰੂ ਹੋ ਉਹ ਹੀ ਸਿਲਸਲੇ ਹੋ ਗਏ ਉਹ ਹੀ ਉਹਦੋਂ ਵੀ ਵੱਧ ਗਿਆ ਕੰਮ ਕਿ ਕੋਈ ਐਸਾ ਵਾਕਿਆ ਜਿਹੜਾ ਤੁਸੀਂ ਮਸਲਨ ਆਪਣੇ ਤੁਹਾਡਾ ਜਿਹੜਾ ਸੀਗਾ ਕੈਂਪ ਹਾਂਜੀ ਜਾਂ ਤੁਹਾਡਾ ਜਿਹੜਾ ਜੱਥਾ ਸੀਗਾ ਇਕੱਠੇ ਹੋ ਕੇ ਤੁਸੀਂ ਉਸ ਤੋਂ ਇਲਾਵਾ ਮਸਲਨ ਕੋਈ ਹੋਰ ਮੁਸਲਮਾਨਾਂ ਦਾ ਕੋਈ ਗਰੋਹ ਦੇਖਿਆ ਜਿਹਦੇ ਤੇ ਜ਼ੁਲਮ ਉਹ شد ਤਸ਼ਦਦ ਕੀਤਾ ਹੋਵੇ ਉਹਨਾਂ ਨੇ ਨਹੀਂ ਕੋ ਅੱਗੇ ਪਿੱਛੇ ਕਤਲੋਗਾਰਾਂ ਦੇਖੀ ਕਤਲੋਗਾਰ ਸੁਣੀ ਬਹੁਤ ਆ ਅੱਖਾਂ ਨਾਲ ਨਹੀਂ ਦੇਖੀ ਅੱਖਾਂ ਨਾਲ ਨਹੀਂ ਦੇਖੀ ਹਾਂਜੀ ਹੋਰ ਕੋਈ ਆਇਆ ਕੋਈ ਰਾਸਤੇ ਦੇ ਵਿੱਚ ਕੋ ਉਥੇ ਪੇਸ ਆਇਆ ਹੋਵੇ ਇਹ ਮਗਰੋਂ ਬੰਦੇ ਆਏ ਸਾਡੇ ਪਿੰਡ ਦੇ ਹਾਂਜੀ ਜੈਂਬਲ ਬੁਢਾ ਲਾਤਾ ਇਹ ਆ ਚਾਰ ਪੰਜ ਜਣੇ ਸੀ ਇਹ ਰਹਿ ਗਏ ਉਥੇ ਸਿੱਖ ਬੇਲੀ ਸੀ ਭਰਾ ਬਣੇ ਸੀ ਇਹ ਰਹਿ ਗਏ ਉਹ ਇਹਨਾਂ ਨੂੰ ਜਦੋਂ ਵੇ ਉਹ ਇਕੱਠੇ ਹੋ ਗਏ ਨਾ ਸਾਰਾ ਹੀ ਉਹਨਾਂ ਦਾ ਬੜਾ ਅਮਲਾ ਇਕੱਠਾ ਹੋਇਆ ਹਾਂਜੀ ਤੇ ਵਿੱਚੋਂ ਉਹਨਾਂ ਦੀ ਬਹਿਸ ਬਸਈਆ ਹੋਣ ਲੱਗ ਪਿਆ ਵੀ ਇਹ ਜਿਹੜੇ ਮੁਸਲਮਾਨ ਜਿੰਨੇ ਆ ਜਾਂਦਾ ਇਹ ਹੋ ਜਾਣ ਦੀਨ ਸਾਡੇ ਚ ਸਿੱਖ ਹੋ ਜਾਣ ਸਿੱਖ ਹੋ ਜਾਣ ਤੇ ਜਾਂ ਇਹਨਾਂ ਨੂੰ ਮਾਰ ਦਿਓ ਇਹ ਫਿਰ ਇਹਨਾਂ ਨੂੰ ਗੋੜ ਪਾੜ ਕੇ ਦਿੱਤਾ ਜੈਮਲ ਨੇ ਮੋਟੇ ਚ ਲੈ ਲਿਆ ਦੂਜਿਆਂ ਸਾਰਿਆਂ ਨੇ ਖਾ ਲਿਆ ਬਾਦਰੇ ਬੂਰੇ ਜਨੇ ਸੀ ਨੇ ਇਹਨਾਂ ਨੇ ਉਹ ਖਾ ਲਿਆ ਵਕਤੀ ਦੌਰ ਤੇ ਨਾ ਉਹਨਾਂ ਦਾ ਪੜਿਆ ਖਾ ਲਿਆ ਜੈਮਲ ਕਹਿੰਦਾ ਮੇਰੇ ਪੇਟ 'ਚ ਹੁੰਦਾ ਦਰਦ ਇਹ ਰਾਤ ਫਿਰ ਉਥੋਂ 11 ਵਜੇ ਨਿਕਲੇ ਅੱਛਾ 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 6 ਵਜਾਉਣੀਆਂ ਤੋਂ ਆਣ ਕੇ ਇਹਨਾਂ ਨੇ ਬੇੜੀਆਂ ਖੋਲੀਆਂ ਬਧੀਆਂ ਸੀ ਬੇੜੀਆਂ ਦਰਿਆ ਸੀ ਅੱਛਾ ਅੱਛਾ ਉਹਨਾਂ ਬੇੜੀਆਂ ਦੇ ਵਿੱਚ ਇਹ ਬੈਠੇ ਬਹਿ ਕੇ ਤੇ ਫਿਰ ਚੌਰੀ ਸਾਹਿਬ ਰਾਤ ਰਾਤ ਕਸੂਰ ਪਹੁੰਚੇ ਅੱਛਾ ਅੱਛਾ ਇਹ ਗੱਲਾਂ ਬਾਤਾਂ ਇਹਨਾਂ ਨੇ ਆਣ ਕੇ ਸਾਨੂੰ ਦੱਸੀਆਂ ਇਹਨਾਂ ਤੋਂ ਸੁਣੀਆਂ ਅਸੀਂ ਜ਼ਬਾਨੀ ਇਹਨਾਂ ਦੀ ਇਹ ਸਾਡੇ ਨਾਲ ਇਦਾਂ ਇਦਾਂ ਹੋਈ ਆ ਕਿੱਸਾ ਹੋਇਆ ਉਹ ਛੇੜਦੇ ਰਹਿਣਾ ਅੱਛਾ ਜਿਹੜੇ ਹੁਣ ਮਸਲਨ ਤੁਸੀਂ ਤਾਂ ਸਾਰਾ ਕੁਝ ਦੇਖਿਆ ਹੈ ਹਾਂਜੀ ਕਤਲ ਉਗਾਰਤ ਵੀ ਹੋ ਗਈ ਰਿਸ਼ਤੇਦਾਰ ਦੋਸਤ ਸਾਰੇ ਕਤਲ ਹੁੰਦੇ ਵੀ ਦੇਖੇ ਹੁੰਦੇ ਵੀ ਦੇਖੇ ਅੱਛਾ ਜਿਹੜੀ ਹੁਣ ਮੌਜੂਦਾ ਜਿਹੜੀ ਸਾਡੀ ਅਸੀਂ ਨੌਜਵਾਨ نسل ਆ ਇਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਾਕਿਸਤਾਨ ਦੇ ਕੀ ਕਰਨਾ ਚਾਹੀਦਾ ਪਾਕਿਸਤਾਨ ਦੇ ਨਾਲ ਜੋ ਅਸੀਂ ਕਰ ਰਹੇ ਆ ਗਲਤਕ ਸਹੀ ਆ ਸਾਰਾ ਹੀ ਗਲਤ ਕ ਕੀ ਕਰਨਾ ਚਾਹੀਦਾ ਸਾਨੂੰ ਪਾਕਿਸਤਾਨ ਲਈ ਇਹ ਕਰਨਾ ਚਾਹੀਦਾ ਹੈ ਮੁਸਲਮਾਨ ਆ ਜਿਹੜੇ ਸਭ ਭਾਈ ਭਾਈ ਆ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਕਲਮਾ ਪੜਨ ਵਾਲੇ ਦੇ ਵਿੱਚ ਤਾਂ ਕਿਸੇ ਕਿਸਮ ਦੀ ਇਹਨਾਂ ਦੇ ਵਿੱਚ ਹੈ ਹੀ ਨਹੀਂ ਨਾ ਵੱਟ ਬੰਨਾ ਤਾਂ ਨਹੀਂ ਹੈਗਾ ਬਿਲਕੁਲ ਜੀ ਆ ਜਿਹੜੀ ਸਾਡੇ ਮਤਲਬ ਹੁਣ ਵਡਿਆਈ ਆ ਜਾਂ ਛੁਟਾਈ ਆ ਆਪ ਦੇ ਆਪ ਨੂੰ ਹਰ ਬੰਦਾ ਜਿਹੜਾ ਉਹ ਸਮਝਦਾ ਵੀ ਮੇਰੇ ਅਗਰਾ ਕੋਈ ਨਹੀਂ ਇਹ ਸਾਰੀਆਂ ਗੱਲਾਂ ਗਲਤ ਆ ਬਿਲਕੁਲ ਠੀਕ ਹੋ ਗਿਆ ਜਿਹੜੇ ਆਪਣੇ ਹੁਣ ਇਹ ਗਲਤ ਹੋਣ ਦੇ ਤਾਂ وجہ ਹੋਰ ਆ ਜੇ ਸਾਡੇ ਕੋਈ ਕਾਨੂੰਨ ਹੋਵੇ ਮੁਲਕ ਦੇ ਵਿੱਚ ਉਹੀ ਹੈ ਨਹੀਂ ਸਹੀ ਗੱਲ ਆ ਜੀ ਜਿਹੜੇ ਕਾਤਲ ਆ ਉਹ ਖੁੱਲੇ ਫਿਰਦੇ ਆ ਜਿਹੜਾ ਕੋਈ ਮਰਜ਼ਮ ਗਰੀਬ ਆਦਮੀ ਆ ਉਹ ਚੋਰੀ ਭਾਏ ਲੱਗੇ ਜਾਂਦੇ ਆ ਕਿਹੜਾ ਕੰਮ ਇੱਥੇ ਹੋ ਰਿਹਾ ਦੁੱਖ ਹੁੰਦਾ ਦੁੱਖ ਹੁੰਦਾ ਇਹਨਾਂ ਗੱਲਾਂ ਤੋਂ ਦੁੱਖ ਹੁੰਦਾ ਸੀ 1947 ਦਾ ਜੋ ਦਿਨ ਹੁੰਦਾ ਸੌਰੀ 14 ਅਗਸਤ ਦਾ ਹਾਂ ਜੀ ਕੀ ਮਹਿਸੂਸ ਕਰਦੇ ਤੁਸੀਂ ਉਸ ਦਿਨ ਜਦੋਂ ਅਸੀਂ ਅਸੀਂ ਝੰਡੀਆਂ ਲਾ ਕੇ ਤੇ ਛੁਰਲੀਆਂ ਪਟਾਕੇ ਛੱਡਦੇ ਆ ਛੱਡਦੇ ਆ ਸਾਨੂੰ ਬੜਾ ਦੁੱਖ ਹੁੰਦਾ ਕੀ ਇੰਨਾ ਕੁਛ ਮਤਲਬ ਮਰਵਾ ਕੇ ਤੇ ਫਿਰ ਇਹ ਮਤਲਬ ਇਹ ਕੰਮ ਕਰਦੇ ਆ ਉਹੀ ਹਿੰਦੂਆ ਸਿੱਖਾਂ ਵਾਲਾ ਉਹ ਰਸਮਾਂ ਉਹੋ ਹੀ ਆ ਵੀ ਢੋਲ ਵਜਣਦੇ ਆ ਵਜਣਦੇ ਆ ਗਾਣੇ ਲੱਗੇ ਹੋਏ ਆ ਲੱਗੇ ਹੋਏ ਵੀ ਉਹਨਾਂ ਦੇ ਉਹਨਾਂ ਦੇ ਪਾਕਿਸਤਾਨ ਦਾ ਪਾਕਿਸਤਾਨ ਦਾ ਗਾਣਾ ਹੈ ਕੋਈ ਨਹੀਂ ਉਹਨਾਂ ਦੇ ਗਾਣੇ ਲੱਗੇ ਉਹਨਾਂ ਦੇ ਚੱਲਦੇ ਤੇ ਜਿਨ੍ਹਾਂ ਨੇ ਸਾਡਾ ਕੁਛ ਨਹੀਂ ਛੱਡਿਆ ਕੱਖ ਨਹੀਂ ਛੱਡਿਆ ਬਿਲਕੁਲ ਬਿਲਕੁਲ ਹੁਣ ਅਸੀਂ ਇਹ ਗਾਣਾ ਸੁਣਿਆ ਉਦੋਂ ਜਦੋਂ ਅਸੀਂ ਆਏ ਆ ਉਦੋਂ ਪਾਕਿਸਤਾਨ ਦੇ ਜਿਹੜੇ ਸ਼ਾਇਰ ਸੀ ਗਲੂਕਾਰ ਸੀ ਬਹੁਤ ਅੱਛੇ ਬੰਦੇ ਸੀ ਤੇ ਗਾਣੇ ਜਿਹੜੇ ਸੀ ਉਹਨਾਂ ਦੇ ਤਲਾਵਤ ਅਗਰੇ ਸੀ ਹੁਣ ਇਹ ਜਿਹੜੇ ਗਾਣੇ ਹੁਣ ਵਾਲੇ ਸਾਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਨਹੀਂ ਆਉਂਦੀ ਸਹੀ ਗੱਲ ਆਕੇ ਚਕੇ ਚਤੇ ਚਤੇ ਤੇ ਜੋ ਹੋ ਰਹੀ ਹੈ ਹਾਂ ਸਹੀ ਗੱਲ ਹੈ ਲੋ ਜੀ ਬਾਬਾ ਜੀ ਅਬਦੁਲ ਸਤਾਰ ਸਾਹਿਬ ਨੂੰ ਅਸੀਂ ਮਿਲੇ ਆ ਬੜੀ ਦੁਖ ਵਾਲੀ ਕਹਾਣੀ ਆ ਅੱਲਾਹ ਤਾਲਾ ਇਹਨਾਂ ਦੀ ਉਮਰ 'ਚ ਬਰਕਤ ਪਾਵੇ ਲੇਕਿਨ ਦੁੱਖ ਹੁੰਦਾ ਵੀ 14 ਅਗਸਤ ਵਾਲੇ ਦਿਨ ਫਿਰ ਉਹੀ ਗੱਲ ਹੀ ਆ ਜੀ ਕਿ ਅਸੀਂ ਲੋਕ ਦੀਨ ਤੋਂ ਵੀ ਦੂਰ ਹੋ ਗਏ ਇਹਨਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੂੰ ਵੀ ਭੁੱਲ ਗਏ ਵੀ ਇਹਨਾਂ ਨੇ ਪਾਕਿਸਤਾਨ ਦੀ ਖਾਤਰ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਅਸੀਂ ਉਹੀ ਹਿੰਦੂ ਸਿੱਖਾਂ ਦੇ ਰਸਮ ਰਿਵਾਜ ਆਪਣੇ ਵਿੱਚ ਲਿਆਏ ਉਹਨਾਂ ਦੇ ਤਰੀਕੇ ਦੇ ਚੱਲੇ ਹੋਏ ਆ ਜਿਨ੍ਹਾਂ ਦੇ ਨਾਲ ਸਾਰਾ ਕੁਝ ਅਸੀਂ ਕਰਕੇ ਸਾਡੀ ਕਤਲੋਗਾਰੀਤ ਵੀ ਉਹਨਾਂ ਨੇ ਕੀਤੀ ਅੱਜ ਫਿਰ ਅਸੀਂ ਉਹਨਾਂ ਦੇ ਮਗਰ ਲੱਗੇ ਹਜ਼ਤਾ ਬੇਟਾ ਉੱਥੇ ਰਹੀਆਂ